ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਪੰਚ ਗ੍ਰਾਮ ਪੰਚਾਇਤ ਮਾਛੀਪਾਲ ਦਾ ਰਹਿਣ ਵਾਲਾ ਹਾਂ। ਧੰਨਵਾਦ ਕਰਦਾ ਹਾਂ UPI ਚੈਨਲ ਦਾ, ਜਿਨ੍ਹਾਂ ਨੇ ਸਾਡੇ ਨਗਰ ਵਿੱਚ ਪਹੁੰਚ ਕੇ ਇਹ ਜੋ ਮੀਟਿੰਗ ਹੈ, ਜੋ ਸਾਡੇ ਪੰਚਾਇਤ ਦੇ ਜਾਂ ਪਿੰਡ ਦੇ ਜੋ ਵਿਕਾਸ ਦੇ ਕੰਮ ਹੋਏ ਆ, ਉਹਨਾਂ ਦੇ ਵਿੱਚ ਆਣ ਕੇ ਸ਼ਿਰਕਤ ਕੀਤੀ ਹੈ। ਸੋ ਸਾਡੇ ਪਿੰਡ ਦੇ ਤਕਰੀਬਨ ਕਾਫੀ ਕੰਮ ਹੋਣ ਵਾਲੇ ਹੈ। ਜਦੋਂ ਦਾ ਵੀ ਮੈਂ ਸਰਪੰਚ ਬਣਿਆ ਹੈ, ਮੈਂ ਕੋਸ਼ਿਸ਼ ਕੀਤੀ ਆ ਕਿ ਮੈਂ ਆਪਣੇ ਨਗਰ ਦੇ ਵਿੱਚ ਸੁਧਾਰ ਕਰਾਂ, ਪਰ ਪਿੰਡ ਦੇ ਵਿੱਚ ਕੋਈ ਆਮਦਨ ਨਾ ਹੋਣ ਕਰਕੇ ਕਈ ਕੰਮਾਂ ਦੇ ਵਿੱਚ ਪੰਚਾਇਤ ਨੂੰ ਇਸ ਕਰਕੇ ਪਿੱਛੇ ਰਹਿਣਾ ਪਿਆ ਹੈ। ਜੋ ਵੀ ਸਰਕਾਰ ਵੱਲੋਂ ਸਹੂਲਤਾਂ ਮਿਲਦੀਆਂ ਹਨ, ਜਿਸ ਤਰ੍ਹਾਂ ਪਿਛਲੀ ਸਰਕਾਰ ਦੇ ਵਿੱਚ ਵੀ ਸਾਨੂੰ ਬੂਟਿਆਂ ਦੀ ਸੇਵਾ ਫਰੀ ਬੂਟੇ ਮਿਲੇ ਸੀ, ਐਕਟਿਵ ਵੀ ਹੋਣ ਵਾਲੀ ਸਰਕਾਰ ਦੇ ਵਿੱਚ ਵੀ ਤਕਰੀਬਨ 600 ਬੂਟਾ ਸਾਨੂੰ ਮਿਲਿਆ ਹੈ। ਅਸੀਂ ਸ਼ਮਸ਼ਾਨਘਾਟ ਦੇ ਵਿੱਚ ਵੀ ਕਾਫੀ ਦਰਖਤ ਲਵਾਏ ਹਨ। ਸਭ ਨਿਵਾਸੀਆਂ ਨੂੰ ਮੈਸੇਜ ਦੇਣਾ ਚਾਹੁੰਦਾ ਹੈ ਕਿ ਜੋ ਪ੍ਰਦੂਸ਼ਣ ਹੈ, ਸਭ ਤੋਂ ਪਹਿਲਾਂ ਸਾਨੂੰ ਪ੍ਰਦੂਸ਼ਣ 'ਤੇ ਕੰਟਰੋਲ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਪਰਾਲੀ ਨੂੰ ਅੱਗ ਲਾਉਂਦੇ ਹਾਂ ਜਾਂ ਹੋਰ ਵੀ ਇਸ ਤਰ੍ਹਾਂ ਦਾ ਵੇਸਟ ਚੀਜ਼ਾਂ ਜੋ ਅੱਗ ਲਾਉਂਦੇ ਹਾਂ, ਉਹ ਨਹੀਂ ਲਾਉਣੀਆਂ ਚਾਹੀਦੀਆਂ। ਜੋ ਸਾਡੇ ਵਰਤੋਂ ਯੋਗ ਨਹੀਂ ਚੀਜ਼ਾਂ ਹਨ, ਉਹਨਾਂ ਨੂੰ ਟੋਆ ਕੱਢ ਕੇ ਧਰਤੀ ਦੇ ਵਿੱਚ ਨੱਪ ਦੇਣਾ ਚਾਹੀਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਦਾ ਜੋ 550 ਸਾਲਾ ਦਿਵਸ ਆ ਰਿਹਾ ਹੈ, ਜਨਮ ਦਿਨ ਮਨਾਉਣ ਜਾ ਰਹੇ ਹਾਂ ਸੁਲਤਾਨਪੁਰ ਦੇ ਵਿੱਚ। ਪੂਰੇ ਵਿਸ਼ਵ ਦੇ ਵਿੱਚ ਇਹ ਸਭ ਤੋਂ ਵੱਡਾ ਜੋ ਗੁਰਪੁਰਬ ਮਨਾਇਆ ਜਾਣਾ ਹੈ। ਸਾਰੀਆਂ ਸੰਗਤਾਂ ਨੂੰ ਇਹੀ ਅਪੀਲ ਹੈ ਕਿ ਆਪਾਂ ਆਪਣੇ ਆਲੇ ਦੁਆਲੇ ਦੇ ਸਭ ਤੋਂ ਵੱਧ ਦਰਖਤ ਲਵਾਈਏ ਅਤੇ ਆਪਣਾ ਜੋ ਵਾਤਾਵਰਨ ਹੈ ਉਹਨੂੰ ਸ਼ੁੱਧ ਕਰੀਏ, ਅਤੇ ਤਾਂ ਜੋ ਆਪਣੇ ਘਰਾਂ ਦੇ ਮੂਹਰੇ ਹੈ ਜਾਂ ਕਿਸੇ ਦੇ ਪਾਣੀ ਖੜ੍ਹਾ ਹੁੰਦਾ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਹੈ, ਉਸ ਨੂੰ ਵੀ ਪੈਪ ਪਾ ਕੇ ਸੀਵਰੇਜ ਦਾ ਵਿੱਚ ਪਾਈਏ ਜਾਂ ਉਹਨੂੰ ਅੰਡਰਗਰਾਊਂਡ ਕਰਕੇ ਕਿਸ ਤਰ੍ਹਾਂ ਜੋ ਪਿੰਡ ਦੇ ਵਿੱਚ ਮੱਛਰ ਜਾਂ ਮੱਖੀ ਪੈਦਾ ਨਾ ਹੋਏ, ਸਾਡਾ ਪਿੰਡ ਦੇ ਵਿੱਚ ਵੀ ਸਾਫ਼ ਸੁਥਰਾ ਮਾਹੌਲ ਹੋਣਾ ਚਾਹੀਦਾ। ਸਭ ਤੋਂ ਵੱਧ ਸਾਨੂੰ ਬੂਟੇ ਲਗਾਉਣੇ ਚਾਹੀਦੇ ਹਨ ਰੋਡ 'ਤੇ, ਜਿੱਥੇ ਵੀ ਕੋਈ ਖਾਲੀ ਜਗ੍ਹਾ ਮਿਲਦੀ ਹੈ, ਸਕੂਲਾਂ ਦੇ ਵਿੱਚ ਹੋਰ ਵੀ ਧਾਰਮਿਕ ਸੰਸਥਾਵਾਂ ਦੇ ਵਿੱਚ ਸਭ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹੈ। ਤਾਂ ਗੁਰੂ ਨਾਨਕ ਦੇਵ ਜੀ ਨੇ ਜੋ ਸਾਨੂੰ ਪਵਨ ਗੁਰੂ ਪਾਣੀ ਪਿਤਾ ਦਾ ਆਦੇਸ਼ ਦਿੱਤਾ ਹੈ, ਉਹਦੇ ਆਦੇਸ਼ ਨੂੰ ਮੰਨੀਏ, ਪਹਿਲਾਂ ਆਪਾਂ ਧਰਤੀ ਨੂੰ ਬਚਾਈਏ, ਨਾਲ ਹੀ ਪਾਣੀ ਨੂੰ ਬਚਾਈਏ। ਸੋ ਸਾਰਿਆਂ ਦਾ ਧੰਨਵਾਦ।